ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਵਰਿਆਮ ਸਿੰਘ ਸੰਧੂ ਇੱਕ ਪੰਜਾਬੀ ਕਹਾਣੀਕਾਰ ਹੈ ਜਨਮ ਹੋਇਆ ਇਹਨਾਂ ਦਾ 10 ਸਤੰਬਰ 1945 ਨੂੰ ਚਵਿੰਡਾ ਕਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ ਇਹ ਪਿੰਡ ਪਿਤਾ ਦਾ ਨਾਮ ਦੇਖੋ ਇਹਨਾਂ ਦਾ ਦੀਦਾਰ ਸਿੰਘ ਸ਼ਿੱਖਿਆ ਪ੍ਰਾਪਤ ਕੀਤੀ ਬੀਏ ਬੀਐਡ ਕਰਕੇ ਉਹ ਅਧਿਆਪਕ ਬਣ ਗਏ ਤੇ ਨੌਕਰੀ ਦੇ ਨਾਲ-ਨਾਲ ਉਹਨਾਂ ਨੇ ਐਮਏ ਐਮਫਿਲ ਕਰ ਲਈ ਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਜਾਣ ਪਿੱਛੋਂ ਪੀਐਚਡੀ ਵੀ ਕਰ ਲਈ ਇੰਨੀ ਸਿੱਖਿਆ ਪ੍ਰਾਪਤ ਕੀਤੀ ਸੀ ਉਹਨਾਂ ਨੇ ਦੇਖੋ ਉਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ ਠੀਕ ਹੈ ਇਹ ਆ ਜਾਂਦਾ ਕੁਐਸਚਨ ਵੀ ਕਿਹੜਾ ਲੇਖਕ ਆਹੋ ਤਾਂ ਮਾਰਕਸਵਾਦੀ ਲੇਖਕ ਹੈ ਪੰਜਾਬੀ ਦੀ ਛੋਟੀ ਕਿਸਾਨੀ ਦਾ ਉਹ ਸਮਰਥ ਕਥਾਕਾਰ ਹੈ ਉਸ ਸਮੱਸਿਆਵਾਂ ਦੀ ਡੂੰਘਾਈ ਵਿੱਚ ਜਾ ਕੇ ਥਾਪ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ ਤੇ ਕਵਿਤਾ ਤੋਂ ਬਾਅਦ ਉਸਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਤੇ ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰਚਿਤ ਹੋ ਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ ਇਨਾਮ ਮਿਲੇ ਦੇਖੋ ਜਿਹੜੇ ਜਿਹੜੇ ਉਹਨਾਂ ਨੂੰ ਹੀਰਾ ਸਿੰਘ ਦਰ ਦੇ ਇਨਾਮ 1979 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਹ ਨਾਮ 1980 ਚ ਪੰਜਾਬ ਸਾਹਿਤ ਅਕਾਦਮੀ ਇਹ ਨਾਮ 1981 ਚ ਕੁਲਵੰਤ ਸਿੰਘ ਵਿਰਕ 1988 ਚ ਤੇ ਸੁਜਾਨ ਸਿੰਘ ਇਹ ਨਾਮ ਉਹਨਾਂ ਨੂੰ 1990 ਦੇ ਵਿੱਚ ਮਿਲਿਆ ਸਾਹਿਤ ਟਰਸਟ ਟੂ ਡੀਕੇ ਪੁਰਸਕਾਰ ਮਿਲਿਆ 1999 ਦੇ ਵਿੱਚ ਪਾਸ਼ ਯਾਦਗਾਰੀ ਪੁਰਸਕਾਰ 2000 ਚ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਵੀ 2000 ਦੇ ਵਿੱਚ ਮਿਲਿਆ ਚੌਥੀ ਕੂਟ ਕਹਾਣੀ ਸੰਗ੍ਰਹਿ ਨੂੰ ਪੰਜਾਬੀ ਸਾਹਿਤ ਅਕਾਦਮੀ ਇਨਾਮ ਮਿਲਿਆ 2000 ਦੇ ਵਿੱਚ ਚੌਥੀ ਕੂਟ ਕਹਾਣੀ ਸੰਗ੍ਰਹਿ ਆ ਉਹਨਾਂ ਦਾ ਸ਼ਰੋਮਣੀ ਪੰਜਾਬੀ ਸਾਹਿਤਕਾਰ ਭਾਸ਼ਾ ਵਿਭਾਗ ਵੱਲੋਂ 2003 ਚ ਪੰਜਾਬ ਗੌਰਵ ਪੁਰਸਕਾਰ ਪੰਜਾਬ ਆਰਟ ਕੌਂਸਲ 2018 ਦੇ ਵਿੱਚ ਤੇ ਪਹਿਲਾ ਕਹਾਣੀ ਸੰਗ੍ਰਹਿ ਸੀਗਾ ਉਹਨਾਂ ਦਾ ਦੇਖੋ ਲੋਹੇ ਦੇ ਹੱਥ ਤੇ ਸੰਪਾਦਿਤ ਕਹਾਣੀ ਸੰਗ੍ਰਹਿ ਕਰਵਟ ਅਤੇ ਕਥਾਤਾਰਾ ਸਵੈ ਜੀਵਨੀ ਉਹਨਾਂ ਦੀ ਗੁਫਾ ਵਿਚਲੀ ਉਡਾਨ ਤੇ ਸਫਰਨਾਮੇ ਪਰਦੇਸੀ ਅਤੇ ਵਗਦੀ ਸੀ ਰਾਵ ਲੋਹੇ ਦੇ ਹੱਥ ਵਿਚਲੀਆਂ ਕਹਾਣੀਆਂ ਦਾ ਰਚਨਾ ਕਾਲ ਪੰਜਾਬ ਵਿੱਚ नक्सਲ ਬਾੜੀ ਲਹਿਰਦਾ ਹੈ ਤੇ ਪੰਜਾਬ ਦੇ ਗਰੀਬ ਲੋਕਾਂ ਪ੍ਰਤੀ ਹਮਦਰਦੀ ਤੇ ਫਲਸਰੂਪ ਉਪਜੇ ਰੋਧ ਦਾ ਅਨੁਭਵ ਇਨ੍ਹਾਂ ਕਹਾਣੀਆਂ ਵਿੱਚ ਪ੍ਰਗਟਾਇਆ ਗਿਆ ਤੇ ਦੂਸਰੇ ਕਹਾਣੀ ਸੰਗ੍ਰਹਿ ਇਨ੍ਹਾਂ ਦੇ ਅੰਗ ਸੰਗ ਵਿਚਲੀਆਂ ਕਹਾਣੀਆਂ ਵੀ ਸਮਾਜਿਕ ਚੇਤਨਾ ਨੂੰ ਵਿਸ਼ਾ ਵਸਤੂ ਬਣਾਉਂਦੀਆਂ ਹਨ ਵਿਪਤ ਜੀਆਂ ਬਾਹੀ ਤੇ ਚੌਥੀ ਕੋਟ ਖਾੜਕੂ ਲਹਿਰ ਦੇ ਸਰੋਕਾਰਾਂ ਨਾਲ ਸੰਬੰਧਿਤ ਹਨ ਲੋਹੇ ਦੇ ਹੱਥ ਕਹਾਣੀ ਸੰਗ੍ਰਹਿਨਾ ਦੇਖੋ 973 ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਦੇ ਵਿੱਚ ਸਹਾਣੀਆਂ ਜਿਹੜੀਆਂ ਜਿਹੜੀਆਂ ਉਹ ਲਿਖੀਆਂ ਮੈਂ ਇੱਥੇ ਦੇਖੋ ਧਿਆਨ ਨਾਲ ਕਾਲੀ ਧੁੱਪ ਨੰਗਾ ਸੂਰਜ ਸਾਂਝ ਜੇਬ ਕਤਰੇ ਅੱਖਾਂ ਵਿੱਚ ਮਰ ਗਈ ਖੁਸ਼ੀ ਦੁਖਾਂਤ ਦਾ ਸਫ਼ਰ ਅਨੋਖਾ ਰਾਹੀ ਲੋਹੇ ਦੇ ਹੱਥ ਅਗਲਾ ਕਹਾਣੀ ਸੰਗ੍ਰਹਿ ਦੇਖੋ ਜਿਹੜਾ 1998 ਦੇ ਵਿੱਚ ਪ੍ਰਕਾਸ਼ਿਤ ਹੋਇਆ ਚੌਥੀ ਕੂਟ ਇਹਦੇ ਵਿੱਚ ਕਹਾਣੀਆਂ ਪਰਸ਼ਾਵੇਂ ਮੈਂ ਹੁਣ ਠੀਕ ਹਾਂ ਚੌਥੀ ਕੂਟ ਛੁੱਟੀ 9 12 10 ਅਗਲਾ ਕਹਾਣੀ ਸੰਗ੍ਰਹਿ ਦੇਖੋ 1979 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਹੜਾ ਅੰਗ ਸੰਗ ਇਹਦੀਆਂ ਕਹਾਣੀਆਂ ਅੰਗ ਸੰਗ ਤਿੱਥੇ ਗਏ ਡੁੱਬਦਾ ਚੜ੍ਹਦਾ ਹਨੇਰੀ ਜ਼ੰਜੀਰਾਂ ਡੂਮ ਅਸਲੀ ਤੇ ਵੱਡੀ ਹੀਰ ਗੁਰਮukh Singh Naik taar utte turda aadmi sunheri kinka اگے دیکھو کہانی ਸੰਗ੍ਰਹਿ ਇਹਨਾਂ ਦਾ 1987 ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਦੇ ਵਿੱਚ ਕਹਾਣੀਆਂ ਹੈਗੀਆਂ ਭੱਜੀਆਂ ਬਾਹੀ ਵਾਪਸੀ ਕੋਰਾਈਆ ਮੈਂ ਤੇ ਕਹਾਣੀ ਆਪਣਾ ਆਪਣਾ ਹਿੱਸਾ ਦਲਦਲ ਤੇ ਕਾਹਲ ਤੇ ਕੁਝ ਹੋਰ ਕਹਾਣੀਆਂ ਜਿਹੜੀਆਂ ਇਹਨਾਂ ਦੀਆਂ ਦੇਖੋ ਤਿਲਕਨ ਪੁੱਠਾਰਾ ਕਾਲੀ ਧੁੱਪ ਸ਼ਬਦਾਂ ਦੀ ਤਾਕਤ ਲੋਹੇ ਵਾਲਾ ਚਾਚਾ ਕੁਲਵੰਤ ਕੌਰ ਜੋਂਦੀ ਹੈ ਕੁੜਕੀ ਵਿੱਚ ਫਸੀ ਜਾਨ ਸੁਨਹਿਰੀ ਕਿਨਾਰੀ ਵਾਲਾ ਬੱਦਲ 417 43 13 ਪੁੱਤ ਕਿਵੇਂ ਮੇਰੀ ਮੈਂ ਅਸੀਂ ਕੀ ਬਣ ਗਏ ਆਪਣੀ ਮਾਂ ਧੂੜ ਵਿੱਚ ਲੈ ਕੰਨ ਅੱਖਾਂ ਵਿੱਚ ਮਰ ਗਈ ਖੁਸ਼ੀ ਇੱਕ ਰਾਤ ਦੀ ਵਿੱਥ ਤੇ ਖਲੋਤੀ ਰਹਿ ਗਈ ਮੌਤ ਇਹਨਾਂ ਦੀਆਂ ਹੋਰ ਕੁਝ ਕਹਾਣੀਆਂ ਐ ਤਾਂ ਦੇਖੋ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਵਿਰਿਆਮ ਸਿੰਘ ਸੰਧੂ ਦੇ ਸਾਰੇ ਕਹਾਣੀ ਸੰਗ੍ਰਹਿ ਤੇ ਕਹਾਣੀਆਂ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ